ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਵੈਲ ਮਿਲਕੀ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜੁਆ ਦਾ ਅਰਵੇਤੇ ਸਭ ਤੋਂ ਪਹਿਲਾਂ ਤਾਂ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਦੱਸਣ ਜਾ ਰਹੇ ਇੱਕ ਨੁਸਕਾ ਕਾਫੀ ਵੀਰਾਂ ਦੇ ਮੈਸੇਜ ਆਉਂਦੇ ਆ ਲਿੰਗ ਦੇ ਆਕਾਰ ਨੂੰ ਵੱਡਾ ਕਰਨ ਲਈ ਤੇ ਇੱਕ ਹੁੰਦਿਆ ਜੀ ਕਠੋਰ ਰਹੇ ਢਿੱਲਾਪਨ ਆ ਗਿਆ ਹਸਤ ਮੈਥਨ ਕਰਕੇ ਨਸਾਂ ਕਮਜ਼ੋਰ ਹੋ ਚੁੱਕੀਆਂ ਨੇ ਉਹਦੇ ਲਈ ਤੇਲ ਦੱਸ ਰਿਹਾ ਤੁਹਾਨੂੰ ਅੱਜ ਦੋ ਤਰ੍ਹਾਂ ਦੇ ਇਹਦੇ ਵਿੱਚ ਤੇਲ ਦੱਸਾਂਗੇ ਬਣਾਉਣੇ ਵੀਰ ਕਹਿੰਦੇ ਵੀ ਅਸੀਂ ਤੁਹਾਨੂੰ ਐਹੋ ਜਿਹਾ ਤੇਲ ਦੱਸੋ ਜਿਹੜਾ ਸਿਰਫ ਲਿਆ ਕੇ ਮਿਕਸ ਕਰਕੇ ਹੀ ਅਸੀਂ ਵਰਤ ਲਈਏ ਵੀ ਸਾਨੂੰ ਜੜੀਆਂ ਬੂਟੀਆਂ ਵਾਲੇ ਜ਼ਿਆਦਾ ਬਣਾਉਣੇ ਨਾ ਪੈਣ ਜੜੀਆਂ ਬੂਟੀਆਂ ਵਿੱਚ ਤੇਲ ਦੇ ਛਾੜਨੀਆਂ ਨਾ ਪੈਣ ਉਹ ਤੁਹਾਨੂੰ ਤੇਲ ਦੱਸ ਰਿਹਾ ਬਿਲਕੁਲ ਹੀ ਆਸਾਨ ਵਿਧੀ ਨਾਲ ਜਿਹੜੇ ਤੁਸੀਂ ਲਿਆ ਕੇ ਸਿਰਫ ਘਰੇ ਹੀ ਤਿਆਰ ਕਰ ਲਓਗੇ ਪਹਿਲਾ ਆਪਾਂ ਤੁਹਾਨੂੰ ਦੱਸ ਦਈਏ ਆਕਾਰ ਲਿੰਗ ਦਾ ਇੱਕ ਸੀਮਤ ਮਾਤਰਾ ਚ ਵੱਧ ਸਕਦਾ ਹੈ ਹਨਾ ਜੀ 1.5 ਇੰਚ ਜ਼ਿਆਦਾ ਨਹੀਂ ਹੁੰਦਾ ਕਈ ਵੈਦ ਵੀਰ ਹਰ ਇੱਕ ਦੀ ਆਪਣੀ ਥਿਉਰੀ ਹੈ ਕੀ ਕਹਿੰਦੇ ਵੱਧਦਾ ਨਹੀਂ ਕੀ ਕਹਿੰਦੇ ਵੱਧਦਾ ਪਰ ਆਪਾਂ ਦੇਖਿਆ ਵੱਧ ਜਾਂਦਾ ਹੈ 1.5 ਇੰਚ ਵੱਧ ਇਸ ਤੋਂ ਜ਼ਿਆਦਾ ਨਹੀਂ 1.5 ਇੰਚ ਵੀ ਛੋਟੀ ਐਚ ਵੱਧ ਜਾਂਦਾ ਮੰਨ ਲਓ 25 ਸਾਲ ਤੱਕ ਜ਼ਿਆਦਾ ਤੋਂ ਜ਼ਿਆਦਾ ਬਸ ਇਸ ਤੋਂ ਜ਼ਿਆਦਾ ਨਹੀਂ ਹੈ ਵੀ ਤੁਹਾਡਾ ਵੀ 30 ਸਾਲ ਦੀ ਉਮਰ 'ਚ 40 ਸਾਲ ਦੀ ਉਮਰ 'ਚ ਵੱੱਚੇਗਾ 60 ਸਾਲ 'ਚ ਇਹ ਨਹੀਂ ਸਿਰਫ 25 ਸਾਲ ਤੱਕ ਆਕਾਰ ਦੀ ਲੰਬਾਈ ਹੋ ਜਾਏਗੀ ਲਿੰਗ ਦੀ हां मोटाई हो जानी है मोटाई 60 ਸਾਲ ਦੇ ਏਜ ਵਾਲੇ ਵੀ ਕਰ ਸਕਦੇ ਨੇ ਕੋਈ ਚੱਕਰ ਨਹੀਂ ਵਰਤੋ ਤਿੰਨ ਤੋਂ ਚਾਰ ਮਹੀਨੇ ਰੈਗੂਲਰ ਤੁਹਾਨੂੰ ਇਹ ਤੇਲ ਵਰਤਣਾ ਪਊਗਾ ਤੇ ਜਿਹੜੇ ਦੋ ਤੇਲ ਦੱਸਾਂਗੇ ਤੁਹਾਨੂੰ ਇੱਕ ਨੰਬਰ ਤੇ ਦੋ ਨੰਬਰ ਤੇ ਕਾਰ ਵੀ ਵਧੇਗੀ 25 ਸਾਲ ਤੱਕ ਤੇ ਉਸ ਤੋਂ ਬਾਅਦ ਜਿਹੜੀ ਮਰਜ਼ੀ ਉਮਰ ਦੇ ਨੇ ਉਹਦੇ ਨਾਲ ਮੋਟਾਈ ਹੀ ਹੋਏਗੀ ਹੋਏਗੀ ਲਿੰਗ ਪੱਥਰ ਦੇ ਵਾਂਗੂ ਮਜ਼ਬੂਤ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਜਦੋਂ ਕਿਸੇ ਕੁੜੀ ਨਾਲ ਪਹਿਲੀ ਵਾਰ ਇੰਟਰਕੋਰਸ ਕਰਦੇ ਆ ਮੁੰਡੇ ਹਸਤ ਮੈਥਨਲ ਲਿੰਕ ਕਮਜ਼ੋਰ ਹੋ ਜਾਂਦਾ ਵਿੱਚ ਨਹੀਂ ਪੈਂਦਾ ਉਹਨਾਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਉਹਨਾਂ ਨੂੰ ਉਹਨਾਂ ਲਈ ਇਹ ਤੇਲ ਹੈ ਲਿੰਕ ਕਠੋਰ ਹੋ ਜਾਊਗਾ ਜਿਵੇਂ ਰੌਡ ਦੀ ਤਰ੍ਹਾਂ ਮੋਟਾਈ ਹੋਊਗੀ ਪਰ ਵਰਤਨਾ 3-4 ਮਹੀਨੇ ਪੁੱ后 ਇਹ ਦੱਸਾਂਗਾ ਕੀ ਕੀ ਹੈ ਇਦੇ ਵਿੱਚ ਪ੍ਰਹੇਜ ਨੇ ਤੁਸੀਂ ਆਇਲ ਮ사ਜ ਕਰਨ ਤੋਂ ਬਾਅਦ ਮੰਨ ਲਓ ਹੁਣ ਆਇਲ ਮ사ਜ ਕਰ ਲਿਆ ਰਾਤ ਨੂੰ ਫੈਨ ਵੇਲੇ ਉਸ ਤੋਂ ਬਾਅਦ ਠੰਡਾ ਪਾਣੀ ਨਹੀਂ ਲਗਾਉਣਾ ਜਾਂ ਉਸ ਤੋਂ ਬਾਅਦ ਸੈਕਸ ਨਹੀਂ ਕਰਨਾ ਹਾਂ ਪਹਿਲਾਂ ਸੈਕਸ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਸਾਫ਼ ਕਰਕੇ ਪੈਨਿਸ ਨੂੰ ਕੱਪੜੇ ਨਾਲ ਉਸ ਤੋਂ ਬਾਅਦ ਤੁਸੀਂ ਆਇਲ ਦੀ ਮ사ਜ ਕਰ ਸਕਦੇ ਹੋ ਤੇ ਇੱਕ ਨੰਬਰ ਆਇਲ ਦੱਸ ਦਿਆਂ ਤੁਹਾਨੂੰ ਇਹਦੇ ਵਿੱਚ ਤੁਸੀਂ ਕੀ ਕੀ ਲੈਣਾ ਜਿਹੜੇ ਦੋਨੇ ਤੇਲ ਹੋਣਗੇ ਲੱਗ ਲੱਗ ਵਲੋਂ ਤੇਲਾਂ ਨੂੰ ਮਿਲਾ ਕੇ ਬਣਨਗੇ ਤੇ ਕੰਮ ਦੋਨਾਂ ਦਾ ਇੱਕੋ ਹੀ ਹੋਊਗਾ ਤੁਸੀਂ ਜਦੋਂ ਮਰਜ਼ੀ ਨੂੰ ਘਰ ਤਿਆਰ ਕਰ ਸਕਦੇ ਆ ਪਹਿਲੇ ਤੇਲ ਦੇ ਵਿੱਚ ਕੀ ਕੀ ਲੈਣਾ ਤੁਸੀਂ ਨੇ ਅਸ਼ੋਗੰਦਾ ਤੇਲ ਲੈਣਾ ਜੀ ਰਿੰਡੀ ਦਾ ਤੇਲ ਲੈਣਾ ਜੀ ਜ਼ੈਤੂਨ ਦਾ ਤੇਲ ਲੈਣਾ ਦਾਲਚੀਨੀ ਤੇਲ ਲੈਣਾ ਤਿਲਾ ਮੱਕ ਵੀ ਖਾਸ ਲੈਣਾ ਤੇ ਸ਼੍ਰੀ ਗੋਪਾਲ ਤੇਲ ਲੈਣਾ ਸਭ ਨੂੰ ਬਰਾਬਰ ਮਾਤਰਾ ਚ ਲੈਣਾ 10 10 ml ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 1 ਘੰਟਾ ਧੁੱਪ ਚ ਜ਼ਰੂਰ ਰੱਖਦੇ ਹੋ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਇਹਦੀ ਮੂਰਲਾ ਭਾਗ ਛੱਡ ਕੇ ਮ사ਜ ਕਰਨੀ ਹੈ ਜੀ ਪੂਰੇ ਪੈਨਿਸ ਤੇ ਤੇ ਨੀਚੇ ਵਾਲਾ ਭਾਗ ਵੀ ਛੱਡ ਦਿਆ ਕਰੋ ਉੱਪਰਲੇ ਦੋਨੋਂ ਤੇ ਤਿੰਨੇ ਭਾਗਾਂ ਤੇ ਠੀਕ ਹੈ ਜੀ ਇਹ ਭਾਗ ਤੇ ਇਹ ਤੇ ਤੇ ਉੱਪਰਲੇ ਤੇ ਆਹ نیچے ਵਾਲੇ ਤੇ ਨਹੀਂ ਕਰਨੀ ਤੇ ਸੁਪਾਰੀ ਤੇ ਨਹੀਂ ਕਰਨੀ ਇਹ ਤੁਸੀਂ ਧਿਆਨ ਰੱਖਣਾ ਤਿੰਨ ਤੋਂ 4 ਮਹੀਨੇ ਵਰਤਣ ਨਾਲ ਤੁਹਾਨੂੰ ਫਰਕ ਮੈਂ ਫਰਕ ਕੀ ਤੁਹਾਡਾ 100% ਮੋਟਾਈ ਤੇ ਲੰਬਾਈ ਹੋ ਜਾਏਗੀ ਉਹ ਵੀ ਸੀਮ ਤੇਜ ਤੱਕ 25 ਸਾਲ ਤੱਕ ਲੰਬਾਈ ਤੇ ਲੰਬਾਈ ਜਿਹੜੀ ਮਰਜ਼ੀ ਏਜ ਦੇ ਵਿੱਚ ਤੁਸੀਂ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈ ਤੇ ਜਿਹੜਾ ਦੂਜਾ ਨੰਬਰ ਤੇ ਲ ਹੈ ਉਹਦੇ ਵਿੱਚ ਤੁਸੀਂ ਕੀ ਲੈਣਾ ਹੈ ਜੋਕ ਤੇਲ ਜੋਕ ਕੈਂਚੂਆਂ ਦਾ ਤੇਲ ਜਿਹਨੂੰ ਰੋਗਨ ਖਰਾਤੀਨ ਕਹਿੰਦੇ ਨੇ ਉਹਦੇ ਵਿੱਚ ਤੁਸੀਂ ਨੇ ਲੈਣਾ ਜੀ ਰੋਗਨ ਵੀਰ ਬੂਟੀ ਔਰ ਸ਼੍ਰੀ ਗੋਪਾਲ ਤੇਲ ਤੇ ਉਹਦੇ ਵਿੱਚ ਤੁਸੀਂ ਪਾਉਣਾ ਜੀ ਕੇਸਰ 1 ਗ੍ਰਾਮ 10 10 ਗ੍ਰਾਮ ਦੀ ਮਾਤਰਾ ਚ ਲੈਣਾ 1 ਗ੍ਰਾਮ ਪੀਸੀ ਕੇਸਰ ਪਾਉਣਾ ਇਹਦੇ ਵਿੱਚ ਤੁਸੀਂ ਪਾਉਣਾ ਜੀ ਜੈਤੂਨ ਤੇਲ ਤੇ ਰਿੰਡੀ ਦਾ ਤੇਲ ਸੌਰੀ ਰਿੰਡੀ ਨਹੀਂ ਇਹਦੇ ਵਿੱਚ ਪਾਉਣਾ ਦਾਲਚੀਨੀ ਤੇਲ ਰਿੰਡੀ ਨਹੀਂ ਪਾਉਣਾ ਸਭ ਨੂੰ ਮਿਕਸ ਕਰਕੇ ਰੱਖ ਲਓ ਤੇ ਇੱਕ ਆਉਂਦਾ ਜੀ ਤੇਜਸ ਤੇਲ ਤੇਜਸ ਤੇਲ ਆਉਂਦਾ ਪਤੰਜਲੀ ਕੰਪਨੀ ਦਾ ਬਰਾਬਰ ਮਾਤਰਾ ਦੇ ਵਿੱਚ ਉਹ ਪਾਉਣਾ ਸਭ ਨੂੰ ਮਿਕਸ ਕਰਕੇ ਰੱਖਣਾ ਜੀ ਇਹਨਾਂ ਨੂੰ ਧੁੱਪ ਚ ਰੱਖਣ ਦੀ ਲੋੜ ਨਹੀਂ ਸਿਰਫ ਇਹਨਾਂ ਨੂੰ ਐਦਾਂ ਹੀ ਮਿਕਸ ਕਰਕੇ ਰੱਖੋ ਚੰਗੀ ਤਰ੍ਹਾਂ ਹਿਲਾ ਕੇ ਕੱਚ ਦੀ ਸ਼ੀਸ਼ੀ ਦੇ ਵਿੱਚ ਰੱਖੋ ਚਲੋ ਪਲਾਸਟਿਕ ਦੀ ਮਿਲ ਤਾਂ ਪਲਾਸਟਿਕ ਤੇ ਜਿਵੇਂ ਪਹਿਲਾਂ ਵੀਰੀ ਦੱਸੀ ਹੈ ਮ사ਜ ਕਰਨੀ ਹੈ ਜੀ ਲਿੰਗ ਦਾ ਨੀਚਲਾ ਭਾਗ ਤੇ ਸੁਭਾਰੀ ਵਾਲਾ ਭਾਗ ਛੱਡ ਕੇ ਕੈਪ ਵਾਲਾ ਤਿੰਨ ਤੋਂ 4 ਮਹੀਨੇ ਮ사ਜ ਕਰਨ ਨਾਲ ਤੁਹਾਨੂੰ ਬੇਮਿਸਾਲ ਰਿਜ਼ਲਟ ਮਿਲਣਗੇ ਤੇ ਬਹੁਤ ਅੱਛਾ ਇਹਦਾ ਰਿਜ਼ਲਟ ਮਿਲੂਗਾ ਇਹ ਸਿਰਫ ਵਾਰੀ ਯੂਜ਼ਲੀ ਨੇ ਹਨਾ ਖਾਣ ਵਾਲੇ ਨਹੀਂ ਸਿਰਫ ਪੈਨਿਸ ਤੇ ਮ사ਜ ਕਰਨ ਵਾਲੇ ਨੇ ਅੱਗੇ ਜਿਹੜੀਆਂ ਵੀਡੀਓਜ਼ ਲੈ ਕੇ ਆਵਾਂਗੇ ਆਪਾਂ ਇੱਕ ਦੋ ਉਹ ਤੁਹਾਨੂੰ ਖਾਣ ਵਾਲੇ ਤੇ ਦੱਸਾਂਗੇ ਕਈ ਤੇਲ ਹੁੰਦੇ ਨੇ ਆਯੁਰਵੇਦ ਦੇ ਵਿੱਚ ਤੁਸੀਂ ਖਾ ਵੀ ਸਕਦੇ ਉਹਨਾਂ ਨੂੰ ਦੁੱਧ ਚ ਪਾ ਕੇ ਮੱਖਣ ਦੇ ਵਿੱਚ ਪਾ ਕੇ ਉਹਨਾਂ ਦੇ ਅਲੱਗ-ਅਲੱਗ ਕੰਮ ਨੇ ਅਲੱਗ-ਅਲੱਗ ਜਿਵੇਂ ਮਲ ਤੇਲ ਹੁੰਦਾ ਹੈ ਜਿਹੜਾ ਆਪਾਂ ਨੂੰ ਬਣਿਆ-ਬਣਾਇਆ ਮਿਲ ਜਾਂਦਾ ਇੱਕ ਆਪਾਂ ਤੇਲ ਘਰ ਤਿਆਰ ਕਰ ਸਕਦੇ ਹਾਂ ਸੰਖੀਰ ਦਾ ਤੇਲ ਉਹ ਉਹਨੂੰ ਵੀ ਤੁਹਾਨੂੰ ਦੱਸਾਂਗੇ ਉਹਦਾ ਬੇਮਿਸਾਲ ਰਿਜ਼ਲਟ ਨੇ ਸੈਕਸਸ ਮੁਸੀਅਮ ਤੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਉਹ ਤੇ ਪਰਹੇਜ਼ ਜ਼ਰੂਰੀ ਹੁੰਦੇ ਨੇ ਜੀ ਪਰਹੇਜ਼ ਰੱਖਿਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ